ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੱਤਰੋ, ਅਸੀਂ ਅੱਜ ਇੱਧਰੋਂ ਸਤਿਆਗ ਕਰਨ ਜਾ ਰਹੇ ਹਾਂ। ਇਹ ਜਿਹੜੀ ਪੱਤੀ ਤੁਸੀਂ ਦੇਖ ਰਹੇ ਹੋ, ਇਹ ਕਈ ਵਾਲੀ ਛੁਰੀ ਕਹਿੰਦੇ ਨੇ ਜਿਹਨੂੰ, ਇਹ ਸਟੀਲ ਵਾਲੀ ਦੁਕਾਨ ਤੋਂ ਮਿਲ ਜੂਗੀ। ਇੱਕ ਲੋਹੇ ਦੀ ਪੈਪ ਜੀ, 12 ਇੰਚ ਦੀ ਹੈ ਜੀ। ਆਹ ਦੋ ਢਿਮਰੀਆਂ ਚਾਹੀਦੀਆਂ ਜੀ ਆਪਾਂ ਨੂੰ।
ਜੀ ਪਿਆਰੇ ਹੋ, ਅਸੀਂ ਮਿਸਤਰੀ ਦਾ ਤੁਹਾਨੂੰ ਤਿਆਰ ਕੀਤਾ ਸੀ, ਉਹ ਤਿਆਰ ਹੈ। ਹੁਣ ਅਸੀਂ ਤੰਦੀ ਕਸਾਂਗੇ, ਰੱਸੀ ਕਹਿੰਦੇ ਜਿਹਨੂੰ, ਇਹ ਚਲਾ ਕੇ ਤੁਹਾਨੂੰ ਦਿਖਾਵਾਂਗੇ ਜੀ। ਆ ਜਾਓ ਦਿਖਾਵਾਂਗੇ, ਇਹ ਡੋਰੀ ਹੈ, ਤੰਦੀ ਹੈ ਜੀ। ਇਹ ਮੋਟਰਸਾਈਕਲ ਦੀ ਤਾਰ ਹੁੰਦੀ ਜਿਹੜੀ ਕਲੱਚ ਦੀ, ਉਹ ਹੈ ਜੀ। ਅੱਗੋਂ ਐਵੇਂ ਹੋਊਗੀ, ਇੱਕ ਨਟ ਕਸਾਂਗੇ। ਆਪਾਂ ਤੰਦੀ ਕੱਸਤੀ ਹੈ ਜੀ, ਹੁਣ ਚੱਕ ਕਰਕੇ ਵੇਖਦੇ ਜੋਰ ਪੂਰਾ ਲੱਗਦਾ ਜੀ। ਹੁਣ ਆਪਾਂ ਤੀਰ ਚਲਾ ਕੇ ਵੇਖੀ, ਇਹ ਆਪਣੇ ਤੀਰ ਹੈ ਜੀ। ਇਹ ਆਪਾਂ ਤੁਹਾਨੂੰ ਅਗਲੀ ਵੀਡੀਓ ਤੁਹਾਨੂੰ ਬਣਾਉਣਾ ਦੱਸਾਂਗੇ ਕਿਵੇਂ ਬਣਦੇ। ਹੁਣ ਆਪਾਂ ਤੈਨੂੰ ਚੱਕ ਕਰਕੇ ਵੇਖੀਏ ਕਿੰਨਾ ਕੁ ਸੋਹਣਾ ਬਣਿਆ, ਕਿੰਨਾ ਕੁ ਜ਼ੋਰ ਲੱਗਦਾ, ਕਿੰਨੀ ਤੇਜ਼ ਜਾਂਦਾ। ਦੇਖੋ ਚੱਕ, ਹਾਂਜੀ ਪਿਆਰਿਓ, ਆਪਾਂ ਜੀ ਲੌਂਗ ਰੇਂਜ ਦੇਖੀ ਅਤੇ ਵਾਹਣ ਛੱਡਿਆ ਅਤੇ ਬਹੁਤ ਹੀ ਦੂਰ ਗਿਆ, 2 ਕਿਲੇ ਟੱਪ ਗਿਆ ਸੀਗਾ। ਬਹੁਤ ਹੀ ਸੋਹਣਾ ਤੁਹਾਨੂੰ ਛਿਪਣਿਆ ਜੀ। ਤੀਰ ਬਹੁਤ ਦੂਰ ਗਿਆ, 2 ਕਿਲੇ ਟੱਪ ਗਿਆ ਜੀ। ਧੰਨਵਾਦ।